ਮੇਰੀ ਤਰਫੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਤੇ ਗੁੱਡ ਮਾਰਨਿੰਗ ਅੱਜ ਦੀ ਵੀਡੀਓ ਮੈਂ ਉਹਨਾਂ ਵਾਸਤੇ ਸੱਜਣਾ ਵਾਸਤੇ ਬਣਾਈ ਹੈ ਜਿਹੜੇ ਭਾਰਤ ਦੇ ਵਿੱਚਕਾਰ 20-20 ਲੱਖ ਰੁਪਏ ਦੇ ਕੇ ਵਿਸਟਰ ਵੀਜ਼ਾ ਲਗਵਾ ਰਹੇ ਨੇ ਮੈਂ ਇਸ ਗੱਲ ਤੋਂ ਬਹੁਤ ਹੈਰਾਨ ਹਾਂ ਕਿ ਅਸੀਂ ਕੈਨੇਡਾ ਦੇ ਵਿੱਚਕਾਰ ਜਿਹੜੇ ਵੀ ਸਟੂਡੈਂਟ ਜਾਂ ਦੂਜੇ ਲੋਕ ਬਾਹਰਲੇ ਦੇਸ਼ਾਂ ਤੋਂ ਆਉਂਦੇ ਨੇ ਅਸੀਂ ਉਹਨਾਂ ਦੀ ਹਰ ਤਰੀਕੇ ਦੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਫ੍ਰੀ ਆਫ ਕੋਸਟ ਪਰ ਕੀ ਲੋਕਾਂ ਕੋਲੇ ਉੱਥੇ ਇੰਨੇ ਪੈਸੇ ਹੋ ਚੁੱਕੇ ਨੇ ਕਿ ਜਿਹੜਾ ਵਿਸਟਰ ਵੀਜ਼ਾ ਆਰਸੀਆਈਸੀ ਨੂੰ ਵੀ ਜੇ ਫੀਸ ਪੇ ਕਰਦੇ ਆ ਤੋ ਅੱਦ ਤੋ ਅੱਦ 25 ਤੋਂ 30 ਹਜ਼ਾਰ ਰੁਪਏ ਖਰਚ ਆਉਂਦਾ ਜਿਹਦੇ ਤੇ ਉਹ ਗਵਰਨਮੈਂਟ ਨੂੰ ਟੈਕਸ ਵੀ ਪੇ ਕਰਦਾ ਹੈ ਤੇ ਭਾਰਤ ਦੇ ਵਿੱਚਕਾਰ 20 ਲੱਖ ਰੁਪਏ ਸਿਰਫ ਵਿਸਟਰ ਵੀਜ਼ਾ ਦੀ ਐਪਲੀਕੇਸ਼ਨ ਲਾਉਣ ਦਾ ਤੁਸੀਂ ਪੇ ਕਰੀ ਜਾ ਰਹੇ ਹੋ ਮੇਰੇ ਨਾਲ ਕਾਫੀ ਭਾਰਤ ਤੋਂ ਮੇਲ ਤੇ ਫੀਮੇਲ ਸੰਪਰਕ ਵਿੱਚ ਨੇ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਨੇ ਵਿਜ਼ਟਰ ਵੀਜ਼ਾ 20-20 ਲੱਖ ਰੁਪਏ ਦੇ ਕੇ ਲਗਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਤੁਹਾਨੂੰ ਇੱਥੇ ਥੋੜਾ ਜਿਹਾ ਸੁਚੇਤ ਕਰਨਾ ਚਾਹੁੰਦਾ ਕਿ ਕੈਨੇਡਾ ਦੀ ਸਰਕਾਰ ਨਾ ਤਾਂ ਕਦੀ ਪੈਸਾ ਮੰਗਦੀ ਹੈ ਨਾ ਰਿਸ਼ਵਤ ਇੱਥੇ ਚੱਲਦੀ ਹੈ ਤੇ ਨਾ ਇੱਥੇ ਸਵਾਰਥ ਚੱਲਦੀ ਹੈ ਇੱਥੇ ਕੰਮ ਕਾਨੂੰਨ ਦੇ ਮੁਤਾਬਕ ਹੋਣਾ ਹੈ ਕਾਨੂੰਨ ਦੀਆਂ ਸਾਰੀਆਂ ਸ਼ਰਤਾਂ ਕੰਪਿਊਟਰ ਤੇ ਲੈਫਟ ਸਾਈਡ ਤੇ ਲਿਖੀਆਂ ਹੋਈਆਂ ਨੇ ਰਾਈਟ ਸਾਈਡ ਦੇ ਉੱਤੇ ਜੇ ਉਹ ਸ਼ਰਤਾਂ ਤੁਸੀਂ ਪੂਰੀਆਂ ਕਰਦੇ ਹੋਗੇ ਤਾਂ ਤੁਹਾਨੂੰ ਵਿਜ਼ਟਰ ਵੀਜ਼ਾ ਲੱਗ ਸਕਦਾ ਹੈ ਨਹੀਂ ਤੇ ਨਹੀਂ ਲੱਗ ਪਾਏਗਾ ਉਹਦੇ ਕੁਝ ਕਾਰਨ ਨੇ ਜਿਹੜੇ ਅਸੀਂ ਵੱਖਰੀ ਵੀਡੀਓ ਦੇ ਵਿੱਚ ਕਾਰ ਲਗਭਗ 20 ਤਰ੍ਹਾਂ ਦੇ ਕਾਰਨ ਨੇ ਜੀਰੇ ਕਰਕੇ ਵਿਸਟਰ ਵੀਜ਼ਾ ਦੀ ਐਪਲੀਕੇਸ਼ਨ ਅਕਸਰ ਰੱਦ ਹੁੰਦੀ ਹੈ ਸੋ ਮੈਂ ਸਾਰੇ ਹੀ ਭਾਰਤ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਵਿਸਟਰ ਵੀਜ਼ਾ ਡੈਫੀਨਿਟਲੀ ਇਸ ਸਾਲ ਸਰਕਾਰ ਬਹੁਤ ਲੀਨੈਂਟ ਹੈ ਕਿਉਂਕਿ ਕੈਨੇਡਾ ਦੇ ਵਿਚਕਾਰ ਵਰਕਰਸ ਦੀ ਸ਼ਾਰਟੇਜ ਹੈ 28 ਫਰਵਰੀ 2023 ਤੱਕ ਜੇ ਤੁਸੀਂ ਵਿਸਟਰ ਵੀਜ਼ੇ ਤੇ ਕੈਨੇਡਾ ਆਉਂਦੇ ਜੇ ਤਾਂ ਤੁਸੀਂ ਉਹਨੂੰ ਵਰਕ ਵੀਜ਼ੇ ਚ ਕਨਵਰਟ ਕਰ ਸਕਦੇ ਜੀ ਪਰ ਇਹਦੇ ਵਿੱਚ ਦੋ ਪਿੱਛੇ ਬੈਕਗਰਾਉਂਡਸ ਅਵੇਲੇਬਲ ਨੇ ਦੇਖੋ ਤੁਸੀਂ ਜਿਹੜੀ ਵੀ ਇਨਫਰਮੇਸ਼ਨ ਆਪਦੀ ਉਥੇ ਵਿਜ਼ਟਰ ਵੀਜ਼ੇ ਵਿੱਚ ਲਾ ਰਹੇ ਜੇ ਦੇ ਰਹੇ ਜੇ ਸਰਕਾਰ ਨੂੰ ਉਹ ਕੰਪਿਊਟਰ ਦੇ ਉੱਤੇ ਸੇਵ ਹੋ ਜਾਂਦੀ ਹੈ ਜਦੋਂ ਵੀ ਤੁਸੀਂ ਕੈਨੇਡਾ ਆ ਕੇ ਉਸ ਵਿਸਟਰ ਵੀਜ਼ੇ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕਰੋਗੇ ਇਨ ਵਰਕ ਵੀਜ਼ਾ ਤਾਂ ਜਿਹੜੀ ਤੁਹਾਡੀ ਮੂੜਲੀ ਦਿੱਤੀ ਗਈ ਇਨਫਰਮੇਸ਼ਨ ਹੈ ਉਹ ਉਹਦਾ ਬੇਸਿਕ ਪੁਆਇੰਟ ਬੰਦੀ ਹੈ ਜੇ ਤੁਸੀਂ ਉੱਥੇ ਲਿਖਿਆ ਹੈ ਕਿ ਬਈ ਮੈਂ ਤਾਂ ਉੱਥੇ ਲੱਗਾ ਹੈਗਾ ਪੁਲਿਸ ਆਫਸਰ ਤੁਹਾਨੂੰ ਇੱਥੇ ਖੇਤੀਬਾੜੀ ਵਰਕਰ ਦਾ ਵੀਜ਼ਾ ਕੌਣ ਦੇਊਗਾ ਫਿਰ ਤਾਂ ਤੁਸੀਂ ਸਿਕਿਉਰਿਟੀ ਦਾ ਹੀ ਲੈ ਸਕਦੇ ਜੀ ਜੇ ਤੁਸੀਂ ਉੱਥੇ ਖੇਤੀਬਾੜੀ ਸ਼ੋਅ ਕਰ ਰਹੇ ਜੀ ਤਾਂ ਇੱਥੇ ਆ ਕੇ ਤੁਸੀਂ ਸਿਕਿਉਰਿਟੀ ਦਾ ਵਰਕ ਪਰਮਿਟ ਨਹੀਂ ਲੈ ਸਕਦੇ ਜੀ ਸੋ ਪਲੀਜ਼ ਸਾਡੀ ਸਾਰੇ ਇਹੀ ਇੰਡੀਅਨਸ ਨੂੰ ਬੇਨਤੀ ਹੈ ਕਿ ਤੁਸੀਂ ਉੱਥੇ ਵਿਜ਼ਟਰ ਵੀਜ਼ੇ ਦੀ ਐਪਲੀਕੇਸ਼ਨ ਵਾਸਤੇ 20 ਵੀ ਲੱਖ ਰੁਪਿਆ ਨਾ ਲਾਓ ਤੁਸੀਂ ਨੰਗ ਹੋ ਕੇ ਕੈਨੇਡਾ ਪਹੁੰਚੋਗੇ ਕੈਨੇਡਾ 'ਚ ਫਿਰ ਤੁਹਾਡੇ ਪੈਸੇ ਲੱਗਣੇ ਨੇ ਜੇ ਤੁਹਾਡੇ ਕੋਲ ਪੈਸੇ ਨਹੀਂ ਹੋਣਗੇ ਤਾਂ ਤੁਹਾਡਾ ਟੂਰਿਸਟ ਵੀਜ਼ਾ ਵਰਕ ਵੀਜ਼ੇ ਕਨਵਰਟ ਨਹੀਂ ਹੋ ਪਾਊਗਾ ਤੁਹਾਨੂੰ ਇਹ ਸਮੱਸਿਆ ਆਵੇਗੀ ਸੋ ਆਪ ਦਾ ਪੈਸਾ ਜੇ ਤੁਹਾਡੇ ਕੋਲ ਜ਼ਿਆਦਾ ਪੈਸਾ ਹੈ ਤਾਂ ਸੇਵ ਕਰੋ ਬੈਂਕ 'ਚ ਐਫ ਡੀਆਰ ਕਰ ਲਓ ਫਿਕਸਡ ਡਿਪੋਜ਼ਿਟ ਕਰ ਲਓ ਸੇਵ ਕਰੋ ਉਹ ਤੁਹਾਨੂੰ ਫਾਇਦੇਮੰਦ ਹੋਏਗਾ ਨਾ ਕਿ ਉਥੇ ਏਜੰਟਸ ਨੂੰ ਤੁਸੀਂ ਫਟਾਫਟ ਪੈਸੇ ਫੜਾਈ ਜਾਂਦੇ ਜੀ ਦੇਖੋ ਜੇ ਤਾਂ ਹੋਰ ਕੋਈ ਦੇਸ਼ ਹੁੰਦਾ ਉਥੇ ਹੀਰਾ ਫੇਰੀ ਚੱਲਦੀ ਹੈ ਸਭ ਕੁਝ ਹੁੰਦਾ ਹੈ ਪਰ ਇੱਥੇ ਕੁਝ ਨਹੀਂ ਹੁੰਦਾ ਮੈਂ ਪਿਛਲੇ 18 ਸਾਲ ਤੋਂ ਇੱਥੇ ਰਹਿ ਰਿਹਾ ਹਾਂ ਮੈਂ ਦੇਖਦਾ ਹਾਂ ਹਾਲ ਦੀ ਕੜੀ ਸਾਰਾ ਸਿਸਟਮ ਠੀਕ ਹੈ ਹੋ ਸਕਦਾ ਆਉਣ ਵਾਲੇ ਭਵਿੱਖ 'ਚ ਇਹ ਕੰਮ ਵਿਗੜ ਜਾਵੇ ਉਸ ਦੀ ਕੋਈ ਗਾਰੰਟੀ ਨਹੀਂ ਹੈ ਦੂਸਰਾ ਤੋ ਇਹ ਅਕਸਰ ਫਾਇਲ ਆਪ ਦੇ ਮਹੱਲੇ ਦੇ ਇਮੀਗ੍ਰੇਸ਼ਨ ਏਜੰਟ ਕੋਲ ਲਵਾ ਲੈਂਦੇ ਜੀ ਔਰ ਵਿਚ ਵਿਚੋਲਾ ਕੌਣ ਹੈ ਤੁਹਾਡਾ ਹੀ ਰਿਸ਼ਤੇਦਾਰ ਹੈ ਕਿਉਂਕਿ ਉਹਨੂੰ ਏਜੰਟ ਕਮਿਸ਼ਨ ਦਿੰਦੇ ਨੇ ਉਹ ਤੁਹਾਡਾ ਰਿਸ਼ਤੇਦਾਰ ਹੀ ਤੁਹਾਨੂੰ ਮਰਵਾਇਆ ਜਾ ਰਿਹਾ ਇਹ ਜਿਹੜੇ ਦੋਨੋਂ 20-20 ਲੱਖ ਦੇ ਕੇਸ ਮੇਰੇ ਕੋਲ ਸ਼ਿਕਾਇਤਾਂ ਪਹੁੰਚੀਆਂ ਨੇ ਇਹਦੇ ਚ ਮੈਂ ਸ਼ਾਲਬੀਨ ਕੀਤੀ ਤੇ ਮੈਨੂੰ ਉਹ ਕਹਿੰਦੇ ਜੀ ਸਾਡੇ ਚਾਚੇ ਕੇ ਤਾਏ ਨੇ ਹੀ ਵਿਚ ਕੰਮ ਕਰਵਾਇਆ ਦੇਖੋ ਚਾਚੇ ਤਾਏ ਤਾਂ ਸਾਰੇ ਪੈਸੇ ਕਮਾਉਣ ਤੇ ਲੱਗੇ ਨੇ ਅੱਜ ਕੱਲ ਉੱਥੇ ਕੰਮ ਤਾਂ ਕੋਈ ਕਰਦਾ ਨਹੀਂ ਸਾਰੇ ਕਮਿਸ਼ਨ ਏਜੰਟ ਜਾਂ ਇਮੀਗ੍ਰੇਸ਼ਨ ਕੰਸਲਟੈਂਟ ਦੇ ਪਿੱਛੇ ਹੀ ਹੋ ਗਏ ਨੇ ਕੈਨੇਡਾ ਦੀ ਸਰਕਾਰ ਨੂੰ ਸਾਰਾ ਕੁਝ ਪਤਾ ਲੱਗ ਚੁੱਕਾ ਹੈ ਤੁਹਾਡੀ ਫਾਈਲ ਇਥੇ ਤਾਂ ਹੀ ਕਲੀਅਰ ਹੋਣੀ ਹੈ ਜੇ ਤੁਸੀਂ ਕਿਸੇ ਵੀ RCIC ਦੇ ਕੋਲ ਫਾਈਲ ਲਵਾਓ ਗਵਰਨਮੈਂਟ ਦਾ ਟੈਕਸ ਪੇ ਕਰੋ ਤੇ ਜੇ ਤੁਹਾਨੂੰ ਕੋਈ ਇਹਨਾਂ ਦੇ ਵਿਰੁੱਧ ਸ਼ਿਕਾਇਤ ਹੈ ਸਾਨੂੰ ਦੱਸੋ ਅਸੀਂ ਉਹਨਾਂ ਤੇ ਅਗਲੀ ਰੀ ਕਾਰਵਾਈ ਡੈਫੀਨਟਲੀ ਕਰਾਂਗੇ ਮੈਂ ਕੋਈ ਸਰਕਾਰੀ ਬੰਦਾ ਨਹੀਂ ਹਾਂ ਪਰ ਮੈਂ ਇੱਕ ਪ੍ਰਾਈਵੇਟ ਤੌਰ ਤੇ NGO ਦੀ ਸੰਸਥਾ ਚਲਾਉਂਦਾ ਹਾਂ ਜਿਹੜੇ ਵੀ ਲੋਕ ਬਾਹਰਲੇ ਦੇਸ਼ਾਂ ਤੋਂ ਕੈਨੇਡਾ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਫ੍ਰੀ ਆਫ ਕਾਸਟ ਇਨਫੋਰਮੇਸ਼ਨ ਦਿਨਾ ਹਾਂ ਥੈਂਕ ਯੂ ਵੈਰੀ ਮਚ ਸਟੇ ਕਨੈਕਟਡ ਵਿਲ ਡਿਸਕਸ ਇਨ ਇਨ ਦਾ ਨੈਕਸਟ ਵੀਡੀਓ ਪਲੀਜ਼ ਥੈਂਕ ਯੂ